ਹੁਸ਼ਿਆਰਪੁਰ ਦੇ ਸ਼ੇਸ਼ਨ ਚੌਂਕ ਵਿਖੇ ਬੀਤੀ ਰਾਤ ਟਿੱਪਰ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ 108 ਐਂਬੂਲੈਂਸ ਦੇ ਮੌਕੇ ਤੇ ਨਾ ਪਹੁੰਚਣ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਤੇ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਅਤੇ ਕੌਂਸਲਰ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ 108 ਐਂਬੂਲੈਂਸ ਨੇ ਮੌਕੇ ਤੇ ਆਉਣ ਤੋਂ ਇਨਕਾਰ ਕਰ ਦਿੱਤਾ। ਐਸਐਸਪੀ ਸਾਹਿਬ ਸੁੱਤੇ ਪਏ ਆ, ਉਹ ਬਾਅਦ ਵਿੱਚ ਪੁੱਛ ਰਹੇ ਆ ਕਿ ਇੱਥੇ ਕਾਂਡ ਹੋਇਆ। ਦੱਸੋ ਕੌਣ ਇਸ ਟਾਈਮ ਇੰਨੇ ਵੱਡੇ ਵੱਡੀ ਚੋਰੀਆਂ ਹੋ ਰਹੀਆਂ ਆ, ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਆ? ਅਰੋੜਾ ਸਾਹਿਬ ਆਪਣੇ ਚੰਡੀਗੜ੍ਹ ਬੈਠੇ ਪਏ ਆ, ਕਮ ਸੇ ਕਮ ਦੇਖੋ 15 ਮਿੰਟ ਦਾ ਰਸਤਾ ਨੀ ਅਰੋੜਾ ਸਾਹਿਬ ਨੂੰ, 10 ਮਿੰਟ ਦਾ ਰਸਤਾ ਨੀ। ਉਹਨਾਂ ਦਾ ਫਰਜ਼ ਨੀ ਪੜਦਾ ਅਰੋੜਾ ਜੀ ਦਾ ਕਿ ਇੱਥੇ ਇੰਨਾ ਵੱਡਾ ਕਾਂਡ ਹੋਇਆ ਕਿ ਪਹੁੰਚਣ ਉੱਥੇ ਗੋਲੀ ਕਾਂਡ ਹੋਇਆ। ਇੱਕ ਗਰੀਬ ਬੰਦਾ ਆਪਣੇ ਠੇਕੇ ਵਿੱਚ ਬੈਠਾ ਹੋਇਆ ਰੋਜ਼ਗਾਰ ਕਰ ਰਿਹਾ, ਹੋਰ ਪਾਸੇ ਚੋਰੀਆਂ ਹੋ ਰਹੀਆਂ, ਕਿਉਂ ਨਹੀਂ ਅਰੋੜਾ ਸਾਹਿਬ ਇੱਥੇ ਕਰ ਰਹੇ ਆ ਪ੍ਰਸ਼ਾਸਨ ਨੂੰ? ਐਸਐਸਪੀ ਸਾਹਿਬ ਨੇ ਕੋਈ ਚੌਂਕਾਂ ਦੇ ਵਿੱਚ ਪੁਲਿਸ ਨਹੀਂ ਪਹੁੰਚਾਈ ਹੈ ਤੇ ਤੁਹਾਡਾ ਜਿਹੜਾ ਗਿਲਾ ਆ ਐਸਐਸਪੀ ਸਾਹਿਬ ਨਾਲ ਆ ਜਾਂ ਹੈਗਾ ਸਾਡਾ ਪੁਲਿਸ ਸਾਹਿਬ ਤੋਂ ਸਾਡੇ ਚੌਂਕਾਂ ਦੇ ਵਿੱਚ ਚਲਾਨ ਕੱਟਣ ਨੂੰ ਪੀਸੀਆਰ ਬੈਠੇ, ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ, ਕਿਰਪਾਨਾਂ ਲੈ ਕੇ ਉੱਥੇ ਬੈਠੇ ਪਏ ਆ ਜਿਹੜੇ ਚੋਰ ਬੰਦੇ। ਉਦੋਂ ਜਦੋਂ ਚੋਰੀਆਂ ਕਰਦੇ ਪਏ ਉਦੋਂ ਪੁਲਿਸ ਕਿੱਥੇ ਜਾਂਦੀ ਆ? ਜਦੋਂ ਚੌਂਕਾਂ ਦੇ ਵਿੱਚ ਚਲਾਨ ਕੱਟਣ ਨੂੰ 15-15 ਪੁਲਿਸ ਬੈਠੀ ਆ, ਹੁਣ ਸੈਸ਼ਨ ਚੌਂਕ 'ਚ ਇੱਕ ਮੁਲਾਜ਼ਮ ਨਹੀਂ ਆ। ਐਸਐਸਪੀ ਸਾਹਿਬ ਨੂੰ ਪੁੱਛੋ ਕਿੱਥੇ ਤੁਹਾਡੀ ਪੁਲਿਸ ਆ, ਦੱਸੋ ਸਾਨੂੰ ਕੋਈ ਪੁਲਿਸ ਹੈਗੀ ਆ? ਦੇਖੋ ਜਿੱਥੇ ਤੱਕ ਕੋਈ ਇੱਦਾਂ ਦਾ ਹਾਦਸਾ ਹੋ ਜਾਂਦਾ, ਇਹ ਬੜੀ ਮੰਦਭਾਗੀ ਸੂਚਨਾ ਸੀਗੀ ਵੀ 108 ਨੇ ਇਨਕਾਰ ਕਰ ਦਿੱਤਾ ਲਿਜਾਣ ਤੋਂ ਕਿ ਸਾਡੇ ਕੋਲ ਸਾਧਨ ਨਹੀਂ ਹੈਗਾ। ਇਹ ਸਾਨੂੰ ਵੀ ਅੱਜ ਇਹ ਪਤਾ ਲੱਗਾ ਇਸ ਮੌਕੇ 'ਤੇ ਆ ਕੇ ਵੀ 108 ਜਿਹੜੀ ਹੈ ਡੈੱਡ ਬੋਡੀ ਨਹੀਂ ਲੈ ਕੇ ਜਾਂਦੀ, ਅਤੇ ਸਰਕਾਰ ਨੂੰ ਇਹਦਾ ਪ੍ਰਬੰਧ ਕਰਨਾ ਚਾਹੀਦਾ। ਦੇਖੋ ਅਸੀਂ ਕਿਸੇ ਪ੍ਰਾਈਵੇਟ ਹਸਪੀਟਲ ਵਾਲੇ ਨੂੰ ਦੋਸ਼ ਨਹੀਂ ਦੇ ਸਕਦੇ, ਉਹ ਤਾਂ ਅਸੀਂ ਕੋਸ਼ਿਸ਼ ਕਰਦੇ ਪਏ ਸੀ ਐਂਬੂਲੈਂਸ ਮੰਗਾਉਣ ਦੀ, ਉਹ ਆਏ ਵੀ ਹੈ, ਹੁਣ ਲੇਟ ਆਏ, ਲੱਗੇ ਟਾਈਮ। ਪੁਲਿਸ ਪ੍ਰਸ਼ਾਸਨ ਇੱਥੇ ਸੀਗਾ ਜਦਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜਿਹੜੇ ਉਦਯੋਗ ਮੰਤਰੀ ਨੇ, ਉਹਨਾਂ ਦਾ ਘਰ ਕੋਈ 200 ਮੀਟਰ ਦੀ ਦੂਰੀ 'ਤੇ ਨੇ। ਦੇਖੋ ਉਹਨਾਂ ਪਰ ਮੈਂ ਤੁਹਾਡੀ ਦੇਖੋ ਇਸ ਗੱਲ ਦੇ ਨਾਲ ਹੈ, ਰਾਤ ਦਾ ਟਾਈਮ ਹੈ, ਉਹ ਕਿਸੇ ਨੂੰ ਕੋਈ ਸੂਚਨਾ ਮਿਲੀ ਹੈ ਨਹੀਂ ਮਿਲੀ ਹੈ, ਜਾਂ ਕੋਈ ਕਿਤੇ ਇੱਥੇ ਆਊਟ ਆਫ ਸਟੇਸ਼ਨ ਹੈਗੇ ਆ? ਅੱਜ ਬਹੁਤ ਸ਼ਹਿਰ ਦੇ ਵਿੱਚ ਮੈਂ ਵੀ ਤਾਂ ਅੱਜ ਕੋਈ ਇੰਨੇ ਸ਼ਹਿਰ 'ਚ ਜਾਗਰਣ ਸੀਗੇ, ਮੈਨੂੰ ਉੱਥੋਂ ਪਹਿਲਾਂ ਮਿਲੀ, ਮੈਂ ਉੱਥੋਂ ਗਿਆ ਕਿਸੇ ਹਾਦਸਾ ਸੀਗਾ, ਉਹ ਵੀ ਇੱਕ ਤਰ੍ਹਾਂ ਦਾ ਥਾਣੇ ਗਿਆ, ਉੱਥੋਂ ਆਹ ਪਤਾ ਲੱਗਾ। ਅਤੇ ਆਪਾਂ ਇੱਥੇ ਕੈਮਰੇ ਵੀ ਲਵਾਏ ਆ, ਮੈਂ 6 ਕੈਮਰੇ ਵਿਸ਼ੇਸ਼ ਤੌਰ ਦੇ ਉੱਤੇ ਲਵਾਏ ਹੋਇਆ ਇਹ ਚੌਂਕ ਦੇ ਵਿੱਚ। ਅਸੀਂ ਪੁਲਿਸ ਨੇ ਕਿਹਾ ਸੀਗਾ ਯਾਰ ਇੱਥੇ ਕੋਈ ਕੈਮਰੇ ਲਵਾ ਦਿਓ, ਅਸੀਂ 6-7 ਕੈਮਰੇ ਮੈਂ ਇੱਥੇ ਲਵਾਏ ਆ, ਫਿਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵੀ, ਦੇਖਾਂਗੇ ਕਿਹੜੀਆਂ ਗੱਡੀਆਂ 'ਚ ਕੀ ਗੱਲ ਹੈ। ਜਿਹੜਾ ਅੱਜ ਸਮੱਸਿਆ ਹੋਇਆ ਇਨ ਫਿਊਚਰ ਜਿਹੜਾ ਇਹਦੇ ਲਈ ਤੁਸੀਂ ਕੀ ਕਰੋ? ਇਹਦੇ ਲਈ ਆਪਾਂ ਖਾਸ ਤੌਰ 'ਤੇ ਵਿਸ਼ੇਸ਼ ਤੌਰ 'ਤੇ ਐਡਮਿਨਿਸਟ੍ਰੇਸ਼ਨ ਨੂੰ, ਡੀਸੀ ਨੂੰ, ਆਪੇ ਸਰਕਾਰ ਦੇ ਨਾਲ ਗੱਲ ਕਰ, ਇਹਦੇ ਲਈ ਇੱਕ ਪ੍ਰਬੰਧ ਵਿਸ਼ੇਸ਼, ਅਗਰ 108 ਦਾ ਪ੍ਰਬੰਧ ਸਰਕਾਰ ਨੇ ਰੱਖਿਆ ਤਾਂ ਇੱਦਾਂ ਕੋਈ ਹਾਦਸੇ, ਕਿੰਨੇ ਹਾਦਸੇ ਹੁੰਦੇ ਐਕਸੀਡੈਂਟ, ਉਹਨਾਂ ਲਈ ਪ੍ਰਬੰਧ ਚਾਹੀਦਾ ਸਰਕਾਰ ਦਾ। ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਟਿੱਪਰ ਨੂੰ ਤਾਂ ਕਾਬੂ ਕਰ ਲਿਆ ਹੈ, ਪਰੰਤੂ ਟਿੱਪਰ ਚਾਲਕ ਟਿੱਪਰ ਛੱਡ ਕੇ ਫਰਾਰ ਹੋ ਗਿਆ। ਫੋਨ ਆਇਆ ਜੀ ਤੇ ਥਾਣਾ ਵਿੱਚ ਐਕਸੀਡੈਂਟ ਹੋਇਆ ਕੋਈ ਨਾ, ਕਲਾਸੀ ਤੋਂ ਪਿੱਛੇ ਟਿਆਰ ਦਾ, ਠੀਕ ਹੈ, ਇਹ ਟਰੱਕ ਤੋਂ ਮਾਰ ਕੇ ਭੱਜ ਗਿਆ ਅੰਦਰ ਆਏਗਾ ਉਹ, ਮੈਂ ਅੱਗੇ ਜਦ ਉਹ ਬੰਦੇ ਬਗਰ ਲੱਗੇ ਸੀ ਉਹਨਾਂ ਫੜ ਲਿਆ ਜੀ, ਲੇਕਿਨ ਚੱਕਰਾ ਦਾ ਉਹ ਟਰੱਕ ਦਾ ਖੜਾ ਬੰਦੇ ਭੱਜ ਗਿਆ। ਤੇ ਮਰਨ ਵਾਲਾ ਕੌਣ ਸੀ ਕੁਛ ਲੱਗਾ ਪਤਾ? ਮਰਨ ਵਾਲਾ ਹੁਣ ਪੁੱਛ ਤੱਕ ਪਤਾ ਕਰ, ਕਿੰਨੀ ਕੇ ਸੀ? ਕਿੰਨੀ ਕੇ ਸੀ? 36 ਸਾਲ ਦਾ ਹੋਇਆ ਜੀ। ਕਿੱਥੋਂ ਆ ਰਿਹਾ ਸੀ ਇਹ, ਇਹਨਾਂ ਨੂੰ ਪਤਾ ਲੱਗਿਆ? ਇਹ ਨਾਲ ਤੋਂ ਆ ਰਿਹਾ, ਇਹਦੇ ਫਾਦਰ ਦਾਖਲਾ, ਠੀਕ ਹੈ।